गुड मॉर्निंग, आप सबका इस मैथमेटिक्स प्रोफेशनल के चैनल पे वेलकम है। तो चलिए स्टार्ट करते हैं। आज असी जमात नौवीं क्लास नौवीं दा चैप्टर नंबर 15 प्रोबेबिलिटी यानी कि संभावना दी एक एक्टिविटी करन लगे हैं, जिस विच नौवीं क्लास दे स्टूडेंट्स पार्टिसिपेट करनगे। सब तो पहला जे आपां देखिए कि प्रोबेबिलिटी किवें कढ़ी जांदी है, तो फॉर्मूला की है, प्रोबेबिलिटी बराबर नंबर ऑफ फेवरेबल आउटकम डिवाइडेड बाय नंबर ऑफ टोटल आउटकम। पंजाबी च देखिए ता संभावना बराबर अनुकूल परिणामा दी संख्या बटे कुल परिणामा दी संख्या। ਤਾਂ ਹੁਣ ਅਸੀਂ ਇਸੇ ਨੂੰ ਇੱਕ ਐਕਟੀਵਿਟੀ ਥਰੂ ਦਿਖਾਵਾਂਗੇ। ਸਾਡਾ ਕੁਐਸਚਨ ਕੀ ਹੈ, ਸਾਡੇ ਸਾਹਮਣੇ ਕੁਝ ਬੱਚੇ ਆਪਣੇ ਆਪਣੇ ਵੇਟ ਬਾਰੇ ਦੱਸਣਗੇ, ਫਿਰ ਉਹਦੇ ਵਿੱਚੋਂ ਆਪਾਂ 55 ਕਿਲੋ ਤੋਂ ਵੱਧ ਬੱਚੇ ਜਿਨ੍ਹਾਂ ਦਾ ਵੇਟ ਹੈਗਾ ਉਹਦੀ ਸੰਭਾਵਨਾ ਪਤਾ ਕਰਾਂਗੇ। ਤਾਂ ਅੱਜ ਦੀ ਐਕਟੀਵਿਟੀ ਸ਼ੁਰੂ ਕਰਦੇ ਹਾਂ। ਹਾਂਜੀ, ਹੁਣ ਸਾਡਾ ਪਹਿਲਾ ਬੱਚਾ ਆ ਰਿਹਾ ਹੈ। ਹਾਂਜੀ, ਪਹਿਲਾ ਬੱਚਾ ਜਿੰਦਾ ਵੇਟ 65 ਕਿਲੋ ਹੈ। ਅੱਗੇ ਨੈਕਸਟ ਆ ਰਿਹਾ ਹੈ, ਮੇਰਾ ਵੇਟ 46 ਕਿਲੋ ਭਾਰ ਵਾਲਾ ਬੱਚਾ। ਅੱਗੇ ਤੀਜਾ ਨੰਬਰ 35 ਕਿਲੋ ਭਾਰ। ਹਾਂਜੀ, ਅੱਗੇ ਚੌਥਾ 50 ਕਿਲੋ। ਹਾਂਜੀ, ਅੱਗੇ 55 ਕਿਲੋ। ਅੱਗੇ 65 ਕਿਲੋ। ਅੱਗੇ ਬੱਚਾ ਆ ਰਿਹਾ ਸਾਡਾ 40 ਕਿਲੋ ਵੇਟ। ਅੱਗੇ 60 ਕਿਲੋ। ਅੱਗੇ 60 ਕਿਲੋ। ਅੱਗੇ 50 ਕਿਲੋ। ਹਾਂਜੀ, ਤਾਂ ਹੁਣ ਤੁਹਾਡੇ ਸਾਹਮਣੇ 10 ਬੱਚੇ ਆਪਣਾ ਆਪਣਾ ਭਾਰ ਲੈ ਕੇ ਖੜੇ ਆ, ਜਿਨ੍ਹਾਂ ਦਾ ਵੱਖ ਵੱਖ ਭਾਰ ਹੈ। ਤਾਂ ਹੁਣ ਆਪਾਂ ਇਸੇ 10 ਬੱਚਿਆਂ ਵਿੱਚੋਂ ਸਾਡਾ ਜਿਹੜਾ ਸੰਭਾਵਨਾ ਦਾ ਪ੍ਰਸ਼ਨ ਹੈਗਾ ਕਿ 50 ਕਿਲੋ ਤੋਂ ਵੱਧ ਭਾਰ ਵਾਲੇ ਵਿਦਿਆਰਥੀਆਂ ਦੇ ਆਉਣ ਦੀ ਸੰਭਾਵਨਾ ਪਤਾ ਕਰਨੀ ਹੈ। ਮੈਂ ਇੱਕ ਵਾਰ ਫੇਰ ਕੁਐਸਚਨ ਰਿਪੀਟ ਕਰ ਰਹੀ ਹਾਂ ਕਿ 50 ਕਿਲੋ ਤੋਂ ਵੱਧ ਭਾਰ ਵਾਲੇ ਵਿਦਿਆਰਥੀਆਂ ਦੇ ਆਉਣ ਦੀ ਸੰਭਾਵਨਾ ਪਤਾ ਕਰਨੀ। ਹੁਣ ਸਾਡਾ ਬੱਚਾ ਕੋਹੀਨੂਰ ਇਸ ਐਕਟੀਵਿਟੀ ਨੂੰ ਕਰੂਗਾ। ਸਭ ਤੋਂ ਪਹਿਲਾਂ ਸੰਭਾਵਨਾ ਦੇ ਸਾਡੇ ਫਾਰਮੂਲੇ ਵਿੱਚ ਹੈਗਾ ਕਿ ਨੰਬਰ ਆਫ ਟੋਟਲ ਆਊਟਕਮਸ ਕਿੰਨੇ ਹੈ। ਹਾਂਜੀ ਕੋਹੀਨੂਰ ਬੇਟਾ, ਕਿੰਨੇ ਹੈ ਟੋਟਲ ਬੱਚੇ? 2, 3, 4, 5, 6, 7, 8, 9, 10। ਤਾਂ ਤੁਸੀਂ ਦੇਖਿਆ ਕਿ ਸਾਡੇ ਸਾਹਮਣੇ 10 ਬੱਚੇ ਹੈ ਜਿਨ੍ਹਾਂ ਦਾ ਭਾਰ ਅਸੀਂ ਦੇਖ ਲਿਆ। ਹੁਣ ਅਸੀਂ ਇਹਨਾਂ ਚੋਂ 50 ਕਿਲੋ ਤੋਂ ਵੱਧ ਭਾਰ ਵਾਲੇ ਵਿਦਿਆਰਥੀ ਅੱਗੇ ਆ ਜਾਣ। ਤਾਂ ਹੁਣ ਇਹ ਕਿੰਨੇ ਬੱਚੇ ਹੋ ਗਏ ਕੋਹੀਨੂਰ ਗਿਨੂਗਾ? 5 ਬੱਚੇ ਇਦਾਂ ਦੇ ਹੈ ਜਿਹੜੇ 50 ਕਿਲੋ ਤੋਂ ਵੱਧ ਭਾਰ ਵਾਲੇ ਹੈ। ਤਾਂ ਇਸ ਦਾ ਮਤਲਬ ਆਨਸਰ ਕੀ ਹੋ ਗਿਆ ਕਿ ਜਿਹੜੇ 5 ਬੱਚੇ ਅੱਗੇ ਖੜੇ ਹੈ ਤਾਂ ਉਹ 5 ਬਟੇ ਟੋਟਲ ਕਿੰਨੇ ਸੀ? 10। 10 ਬੱਚਿਆਂ ਚੋਂ ਆਪਾਂ ਉਹ 5 ਬੱਚੇ ਕੱਢੇ ਹੈ ਜਿਨ੍ਹਾਂ ਦਾ ਭਾਰ 50 ਤੋਂ ਵੱਧ ਸੀ। ਤਾਂ ਆਨਸਰ ਕੀ ਆ ਗਿਆ? 5/10। ਹਾਂਜੀ, ਹੁਣ ਅਸੀਂ ਅਗਲਾ ਸਵਾਲ ਕਰਨ ਲੱਗੇ ਹਾਂ ਇਸੇ ਐਕਟੀਵਿਟੀ ਨਾਲ। ਸਾਡਾ ਸਵਾਲ ਹੈ ਹੁਣ ਬਲੱਡ ਗਰੁੱਪ ਨਾਲ ਰਿਲੇਟਿਡ। ਤੁਹਾਡੇ ਸਾਹਮਣੇ ਕੁਝ ਬੱਚੇ ਆਪਣਾ ਆਪਣਾ ਬਲੱਡ ਗਰੁੱਪ ਲੈ ਕੇ ਆਏ ਹੈ ਔਰ ਆਪਣੇ ਆਪਣੇ ਬਲੱਡ ਗਰੁੱਪ ਬਾਰੇ ਦੱਸਣਗੇ, ਫਿਰ ਉਹਦੇ ਨਾਲ ਸੰਬੰਧਿਤ ਆਪਾਂ ਪ੍ਰੋਬੇਬਿਲਿਟੀ ਦਾ ਕੁਐਸਚਨ ਕਰਾਂਗੇ। ਤਾਂ ਸਭ ਤੋਂ ਪਹਿਲਾਂ ਸਾਡਾ ਬੱਚਾ ਹੈਗਾ, ਹਾਂਜੀ ਗੁੜੀਆ, ਤੁਹਾਡਾ ਕੀ ਬਲੱਡ ਗਰੁੱਪ ਹੈ? ਮੇਰਾ ਬਲੱਡ ਗਰੁੱਪ ਓ ਪੋਜ਼ਿਟਿਵ ਹੈ। ਹਾਂਜੀ, ਨੈਕਸਟ ਬੱਚਾ? ਮੇਰਾ ਬਲੱਡ ਗਰੁੱਪ ਬੀ ਹੈ। ਹਾਂਜੀ, ਨੈਕਸਟ? ਮੇਰਾ ਬਲੱਡ ਗਰੁੱਪ ਏ ਹੈ। ਏ, ਨੈਕਸਟ? ਮੇਰਾ ਬਲੱਡ ਗਰੁੱਪ ਏ ਬੀ ਹੈ। ਏ ਬੀ ਬਲੱਡ ਗਰੁੱਪ ਏ ਹੈ। ਹਾਂਜੀ, ਹਾਂਜੀ ਬੇਟਾ, ਹਾਂਜੀ। ਹੁਣ ਕੁਐਸਚਨ, ਹਰ ਬੱਚੇ ਨੇ ਆਪਣਾ ਆਪਣਾ ਬਲੱਡ ਗਰੁੱਪ ਬਾਰੇ ਦੱਸਤਾ,
ਤਾਂ ਹੁਣ ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਕੁੱਲ ਕਿੰਨੇ ਬੱਚੇ ਆ। ਹਾਂਜੀ ਸਾਡਾ ਬੱਚਾ ਰਾਜ ਵੀ ਰੇਸ ਗੇਮ ਨੂੰ ਖੇਲੂਗਾ। ਕਰੋ ਬੇਟਾ ਕਿੰਨੇ ਬੱਚੇ ਆ? 1 2 3 4 5 6 7 8 9 10 11 ਹਾਂਜੀ 11 ਬੱਚੇ ਆ ਜਿਨ੍ਹਾਂ ਦੇ ਬਾਰੇ ਬਲੱਡ ਗਰੁੱਪ ਹੈ। ਹੁਣ ਆਪਣਾ ਕੁਐਸਚਨ ਹੈ ਉਹ ਪੋਜ਼ਿਟਿਵ ਬਲੱਡ ਗਰੁੱਪ ਵਾਲੇ ਬੱਚੇ ਕਿੰਨੇ ਹਨ, ਉਹਨਾਂ ਦੀ ਸੰਭਾਵਨਾ ਪਤਾ ਕਰਨੀ ਹੈ। ਤਾਂ ਉਹ ਪੋਜ਼ਿਟਿਵ ਬਲੱਡ ਗਰੁੱਪ ਵਾਲੇ ਬੱਚੇ ਇੱਕ ਇੱਕ ਕਦਮ ਅੱਗੇ ਆ ਜਾਣ। ਹਾਂਜੀ ਹਾਂ ਰਾਜਵੀਰ ਬੇਟਾ ਕਿੰਨੇ ਬੱਚੇ ਆਏ ਆ? 3 ਬੱਚੇ। ਤਾਂ ਕੁੱਲ ਕਿੰਨੇ ਬੱਚੇ ਸੀ? 11। ਉਹਦੇ ਚੋਂ ਕਿੰਨੇ ਬੱਚੇ ਉਹ ਪੋਜ਼ਿਟਿਵ ਵਾਲੇ ਨਿਕਲੇ? 3। ਤਾਂ ਆਨਸਰ ਕੀ ਆ ਗਿਆ? 3/11। ਤਾਂ ਆਨਸਰ ਕੀ ਆ ਗਿਆ? 3/11। ਨੈਕਸਟ ਸਾਡਾ ਸਟੂਡੈਂਟ ਦਲਜੀਤ, ਇਹਦਾ ਕੁਐਸਚਨ ਹੈਗਾ ਜੀ ਏ ਬਲੱਡ ਗਰੁੱਪ ਵਾਲੇ ਵਿਦਿਆਰਥੀਆਂ ਦੀ ਸੰਭਾਵਨਾ। ਤਾਂ ਸਭ ਤੋਂ ਪਹਿਲਾਂ ਸਾਰੇ ਬੱਚੇ ਹਾਂਜੀ ਕਾਊਂਟ ਕਰੂਗਾ ਕਿੰਨੇ ਬੱਚੇ? 11। ਹਾਂਜੀ 11 ਬੱਚੇ ਆ ਜਿਨ੍ਹਾਂ ਉੱਪਰ ਆਪਾਂ ਇਹ ਐਕਟੀਵਿਟੀ ਖੇਡ ਰਹੇ ਹਾਂ। ਸਾਡਾ ਪ੍ਰਸ਼ਨ ਹੈ ਹੁਣ ਏ ਬਲੱਡ ਗਰੁੱਪ ਵਾਲੇ ਵਿਦਿਆਰਥੀਆਂ ਦੀ ਸੰਭਾਵਨਾ ਪਤਾ ਕਰਨੀ ਹੈ। ਤਾਂ ਏ ਬਲੱਡ ਗਰੁੱਪ ਵਾਲੇ ਬੱਚੇ ਅੱਗੇ ਆ ਜਾਣ। ਹਾਂਜੀ ਬੇਟਾ ਦਲਜੀਤ ਕਿੰਨੇ ਬੱਚੇ ਆ? 1 2 3 4 5 ਬੱਚੇ ਆ। ਤਾਂ ਟੋਟਲ ਕਿੰਨੇ ਬੱਚੇ ਪਹਿਲਾਂ ਗਿਣੇ ਸੀ? 11। ਉਹਦੇ ਚੋਂ 5 ਬੱਚੇ ਏ ਬਲੱਡ ਗਰੁੱਪ ਵਾਲੇ ਆ ਤੇ ਸੰਭਾਵਨਾ ਕੀ ਹੋ ਗਈ? 5/11। ਵੈਰੀ ਗੁੱਡ।